ਤੁਸੀਂ ਆਪਣੀ ਜ਼ਿੰਦਗੀ ਜਿਉਂਦਿਆਂ ਹੋਇਆਂ ਇੱਕ ਗੱਲ ਨੋਟ ਕੀਤੀ ਹੋਵੇਗੀ, ਜ਼ਿੰਦਗੀ ਤੁਹਾਡੀ ਹੈ ਪਰ ਤੁਹਾਡੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਲੈ ਰਿਹਾ ਹੈ। ਜਦੋਂ ਐਸਾ ਵਾਪਰਦਾ ਹੈ ਫਿਰ ਹੁੰਦਾ ਪਤਾ ਕੀ ਹੈ, ਜਦੋਂ ਤੁਹਾਡੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਲੈਂਦਾ ਹੈ ਤੇ ਕਿਸੇ ਹੋਰ ਦੇ ਲਏ ਹੋਏ ਫੈਸਲਿਆਂ ਦੇ ਮੁਤਾਬਕ ਜਦੋਂ ਤੁਸੀਂ ਆਪਣੀ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹੋ ਨਾ, ਫਿਰ ਤੁਸੀਂ ਨੋਟ ਕੀਤਾ ਹੋਵੇਗਾ ਤੁਸੀਂ ਪਰੇਸ਼ਾਨ ਹੁੰਦੇ ਹੋ, ਤੁਸੀਂ ਦੁਖੀ ਹੁੰਦੇ ਹੋ ਕਿਉਂਕਿ ਤੁਹਾਨੂੰ ਕੋਈ ਹੋਰ ਚਲਾ ਰਿਹਾ ਆਪਣੇ ਅਕੋਰਡਿੰਗ, ਜਿੱਦਾਂ ਉਹ ਕਹਿੰਦਾ ਹੈ ਤੁਸੀਂ ਉਦਾਂ ਕਰਦੇ ਹੋ, ਤੁਹਾਡਾ ਮਨ ਨਹੀਂ ਹੈ ਉਹ ਕੰਮ ਕਰਨ ਦਾ, ਪਰ ਫਿਰ ਵੀ ਤੁਸੀਂ ਉਸ ਦੇ ਆਖੇ ਲੱਗ ਕੇ ਉਹ ਕੰਮ ਕਰਦੇ ਪਏ ਹੋ। ਹੁਣ ਉਹ ਬੰਦਾ ਕੋਈ ਵੀ ਹੋ ਸਕਦਾ ਜਿਹੜਾ ਤੁਹਾਡੇ ਕੋਲੋਂ ਜ਼ਬਰਦਸਤੀ ਕੁਝ ਕਰਵਾ ਰਿਹਾ ਹੈ, ਉਹ ਮਾਂ ਪਿਓ ਵੀ ਹੋ ਸਕਦੇ ਨੇ, ਪਤੀ ਵੀ ਹੋ ਸਕਦਾ ਹੈ, ਪਤਨੀ ਵੀ ਹੋ ਸਕਦੀ ਹੈ, ਕੋਈ ਆਂਢੀ ਗੁਆਂਢੀ ਹੋ ਸਕਦੇ ਨੇ, ਕੋਈ ਰਿਸ਼ਤੇਦਾਰ ਹੋ ਸਕਦਾ ਹੈ, ਠੀਕ ਹੈ ਨਾ। ਪਰ ਇੱਕ ਗੱਲ ਨੋਟ ਰੱਖਿਓ, ਜਦੋਂ ਤੁਸੀਂ ਕਿਸੇ ਹੋਰ ਦੇ ਦੱਸੇ ਮੁਤਾਬਕ ਆਪਣੀ ਜ਼ਿੰਦਗੀ ਜੀਓਗੇ, ਕਿਸੇ ਹੋਰ ਦੇ ਆਖੇ ਲੱਗ ਕੇ ਆਪਣੀ ਜ਼ਿੰਦਗੀ ਜੀਓਗੇ, ਤਦ ਤੱਕ ਤੁਸੀਂ ਪਰੇਸ਼ਾਨ ਹੀ ਰਹੋਗੇ, ਤੁਸੀਂ ਅੰਦਰੋਂ ਸਕੂਨ ਦੇ ਵਿੱਚ ਨਹੀਂ ਆ ਸਕਦੇ, ਅੰਦਰੋਂ ਖੇੜੇ ਵਾਲੀ ਜ਼ਿੰਦਗੀ, ਖੁਸ਼ਹਾਲ ਜ਼ਿੰਦਗੀ ਨਹੀਂ ਜੀ ਸਕਦੇ। ਤੁਹਾਨੂੰ ਕਰਨਾ ਕੀ ਪਏਗਾ, ਕਿਸੇ ਹੋਰ ਦੇ ਪਿੱਛੇ ਨਹੀਂ ਲੱਗਣਾ, ਤੁਸੀਂ ਆਪਣੇ ਪਿੱਛੇ ਲੱਗਣਾ, ਜੋ ਤੁਹਾਨੂੰ ਚੰਗਾ ਲੱਗਦਾ ਹੈ ਨਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਰਨਾ। ਜੇ ਤੁਸੀਂ ਅੰਦਰੋਂ ਦੀ ਖੁਸ਼ਹਾਲ ਰਹਿਣਾ ਚਾਹੁੰਦੇ ਹੋ, ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਜਦੋਂ ਤੁਸੀਂ ਆਪਣੇ ਹਿਸਾਬ ਦੇ ਨਾਲ ਕੁਝ ਕਰੋਗੇ ਤੇ ਉਹ ਸਾਰੇ ਦੇ ਸਾਰੇ ਫੈਸਲੇ ਜਿਹੜੇ ਨੇ ਉਹ ਤੁਹਾਡੇ ਬਿਲਕੁਲ ਠੀਕ ਹੀ ਹੋਣਗੇ, ਮੈਂ ਇਹ ਗੱਲ ਨਹੀਂ ਕਹਿ ਰਿਹਾ। ਹੋ ਸਕਦਾ ਜਦੋਂ ਤੁਸੀਂ ਕੁਝ ਫੈਸਲੇ ਲਵੋ ਤੇ ਤੁਹਾਡੇ ਕੁਝ ਫੈਸਲੇ ਇਹੋ ਜਿਹੇ ਵੀ ਹੋਣ ਜਿਹਦੇ ਨਾਲ ਤੁਹਾਨੂੰ ਬੜਾ ਔਖਾ ਸਮਾਂ ਵੇਖਣਾ ਪਵੇ, ਹੋ ਸਕਦਾ ਨਾ। ਪਰ ਇੱਕ ਗੱਲ ਚੇਤੇ ਰੱਖਿਓ, ਜਦੋਂ ਤੁਸੀਂ ਆਪ ਫੈਸਲਾ ਲਿਆ ਹੋਵੇਗਾ ਨਾ ਤੇ ਉਹਦੀ ਜ਼ਿੰਮੇਵਾਰੀ ਵੀ ਤੁਹਾਡੀ ਹੋਵੇਗੀ। ਜਦੋਂ ਤੁਹਾਡੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਲੈਂਦਾ ਹੈ ਨਾ ਉਦੋਂ ਫਿਰ ਹੁੰਦਾ ਪਤਾ ਕੀ ਹੈ, ਕਈ ਵਾਰੀ ਮੰਨ ਲਓ ਕਿਸੇ ਹੋਰ ਨੇ ਫੈਸਲੇ ਲਏ ਤੇ ਤੁਸੀਂ ਉਹਦੇ ਮੁਤਾਬਕ ਚੱਲ ਰਹੇ ਸੀਗੇ, ਕੋਈ ਤੁਹਾਨੂੰ ਕੁਝ ਕਹਿ ਰਿਹਾ ਸੀ, ਤੁਸੀਂ ਜੋ ਕਹਿ ਰਿਹਾ ਸੀ ਤੁਸੀਂ ਕਰੀ ਜਾ ਰਹੇ ਸੀਗੇ, ਤੇ ਜਦੋਂ ਕੁਝ ਗਲਤ ਹੋ ਜਾਂਦਾ ਨਾ ਫਿਰ ਤੁਸੀਂ ਕੀ ਕਰਦੇ ਹੋ, ਲਤੇਰੇ ਕਰਕੇ ਤੇ ਹੋਇਆ, ਆ ਫਲਾਣੇ ਨੇ ਮੇਰੇ ਕੋਲ ਕਰਵਾ ਦਿੱਤਾ, ਉਹਦੇ ਮੂੰਹ ਤੇ ਨਹੀਂ ਕਹੋਗੇ ਉਹਦੇ ਪਿੱਛੇ ਕਹੋਗੇ, ਇਹ ਤਾਂ ਉਹਨੇ ਗਲਤ ਕਰਾ ਦਿੱਤਾ ਮੇਰੇ ਕੋਲ, ਉਹਨੇ ਮੈਨੂੰ ਫਸਾ ਦਿੱਤਾ, ਉਹਨੇ ਪੰਗਾ ਪਵਾ ਦਿੱਤਾ। ਇੱਕ ਤਾਂ ਤੁਸੀਂ ਪਹਿਲਾਂ ਹੀ ਵੈਸੇ ਹੀ ਪਰੇਸ਼ਾਨ ਹੁੰਦੇ ਹੋ, ਦੂਜਾ ਫਿਰ ਜਦੋਂ ਕੋਈ ਤੁਹਾਡੇ ਕੋਲੋਂ ਕੁਝ ਕਰਵਾ ਦਿੰਦਾ ਤੇ ਫਿਰ ਤੁਸੀਂ ਤਾਂ ਵੀ ਪਰੇਸ਼ਾਨ ਹੋ ਜਾਂਦੇ ਹੋ ਵੀ ਹੁਣ ਇਹਨੇ ਮੇਰੇ ਕੋਲੋਂ ਆਹ ਕਰਵਾ ਦਿੱਤਾ, ਇਹ ਪੰਗਾ ਪੈ ਗਿਆ, ਇਹ ਫਲਾਣਾ ਹੋ ਗਿਆ, ਟਮਕਾਣਾ ਹੋ ਗਿਆ, ਉਦੋਂ ਵੈਸੇ ਪਰੇਸ਼ਾਨ ਹੁੰਦੇ ਹੋ। ਪਰ ਇੱਕ ਗੱਲ ਚੇਤੇ ਰੱਖਿਓ, ਜਦੋਂ ਤੁਸੀਂ ਆਪਣੇ ਹਿਸਾਬ ਦੇ ਨਾਲ ਕੁਝ ਕਰੋਗੇ ਨਾ, ਜੇ ਤੇ ਚੰਗਾ ਹੋਏਗਾ ਤੇ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦਿਓਗੇ ਕਿ ਆਹ ਕੰਮ ਮੈਂ ਸੋਚਿਆ ਸੀਗਾ, ਆਹ ਕੰਮ ਹੁਣ ਮੈਂ ਕਰ ਲਿਆ ਵਾ ਤੇ ਵਧੀਆ ਹੋ ਗਿਆ ਵਾ, ਸ਼ਾਬਾਸ਼ ਬਈ, ਤੈਨੂੰ ਆਪਣੇ ਆਪ ਨੂੰ ਸ਼ਾਬਾਸ਼ੀ ਦਿਓਗੇ। ਤੇ ਜੇ ਕੰਮ ਗਲਤ ਵੀ ਹੋ ਜਾਂਦਾ, ਜੋ ਤੁਸੀਂ ਸੋਚਿਆ ਉਹ ਗਲਤ ਵੀ ਹੋ ਜਾਂਦਾ, ਤੇ ਤਾਂ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਆਪਣੀ ਹੋਵੇਗੀ। ਫਿਰ ਤੁਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ, ਬਲੇਮ ਗੇਮ ਦੇ ਵਿੱਚ ਨਹੀਂ ਤੁਸੀਂ ਪੈ ਸਕਦੇ ਵੀ ਤੇਰੇ ਕਰਕੇ ਹੋਇਆ, ਤੁਸੀਂ ਆਪਣੇ ਉੱਤੇ ਲਓਗੇ ਵੀ ਜੇ ਮੈਂ ਸੋਚਿਆ ਸੀਗਾ ਇਹ ਕੰਮ ਕਰਨ ਬਾਰੇ ਤੇ ਇਹ ਕੰਮ ਮੈਂ ਕੀਤਾ ਤੇ ਇਹ ਪੁੱਠਾ ਪੈ ਗਿਆ, ਇਹ ਸਹੀ ਨਹੀਂ ਹੋਇਆ, ਤੇ ਫਿਰ ਤੁਸੀਂ ਪਤਾ ਕੀ ਸੋਚੋਗੇ, ਬਲੇਮ ਨਹੀਂ ਲਾਓਗੇ ਕਿਸੇ ਦੇ ਉੱਤੇ, ਤੁਸੀਂ ਸੋਚੋਗੇ ਵੀ ਹੁਣ ਇਹਨੂੰ ਮੈਂ ਠੀਕ ਕਿਵੇਂ ਕਰਨਾ, ਉਹਦੇ ਵਿੱਚੋਂ ਵੀ ਕੁਝ ਉਸਾਰੂ ਤੁਸੀਂ ਲੱਭੋਗੇ। ਤੇ ਇੱਕ ਗੱਲ ਚੇਤੇ ਰੱਖਿਓ, ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਾਨੂੰ ਬੈਡ ਐਕਸਪੀਰੀਅੰਸ ਹੁੰਦਾ ਹੈ ਨਾ, ਤੇ ਉਸ ਬੈਡ ਐਕਸਪੀਰੀਅੰਸ ਤੋਂ ਸਾਨੂੰ ਇੱਕ ਐਕਸਪੀਰੀਅੰਸ ਮਿਲਦਾ ਹੈ, ਤੇ ਜਿਹੜਾ ਐਕਸਪੀਰੀਅੰਸ ਸਾਨੂੰ ਕਿਸੇ ਬੈਡ ਐਕਸਪੀਰੀਅੰਸ ਤੋਂ ਮਿਲਿਆ ਹੁੰਦਾ ਹੈ ਨਾ, ਉਹੀ ਐਕਸਪੀਰੀਅੰਸ ਜਿਹੜਾ ਹੈ
ਉਹ ਸਾਨੂੰ ਸਕਸੈਸ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ, ਉਹ ਸਾਨੂੰ ਕਾਮਯਾਬੀ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ, ਕਿਉਂਕਿ ਉੱਥੇ ਬਲੇਮ ਗੇਮ ਵਾਲੀ ਗੱਲ ਕੋਈ ਨਹੀਂ ਹੁੰਦੀ। ਉੱਥੇ ਬੰਦਾ ਇਹ ਸੋਚਦਾ ਹੈ ਕਿ ਇਹ ਮੈਂ ਸੋਚਿਆ ਸੀ ਇਹ ਕਰਨਾ ਹੈ, ਪਰ ਇਹ ਕੰਮ ਪੁੱਠਾ ਪੈ ਗਿਆ, ਹੁਣ ਇਹਨੂੰ ਸਿੱਧਾ ਕਿਵੇਂ ਕੀਤਾ ਜਾਵੇ, ਇਹ ਵੀ ਹੁਣ ਮੈਂ ਹੀ ਕਰਨਾ ਹੈ, ਆਪ ਹੀ ਕਰਨਾ ਹੈ। ਇਸ ਕਰਕੇ ਨਾ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਸਿੱਖੋ। ਆਪਣੀ ਜ਼ਿੰਦਗੀ ਦੇ ਜਿਹੜੇ ਫੈਸਲੇ ਨੇ ਉਹ ਕਿਸੇ ਦੂਜੇ ਦੇ ਉੱਤੇ ਨਾ ਛੱਡੋ ਕਿ ਮੇਰੀ ਜ਼ਿੰਦਗੀ ਦਾ ਫੈਸਲਾ ਫਲਾਣਾ ਬੰਦਾ ਲਵੇਗਾ, ਨਹੀਂ ਫਲਾਣਾ ਨਹੀਂ ਲਵੇਗਾ। ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣੇ ਨੇ। ਜੇ ਫਲਾਣੇ ਹੱਥ ਛੱਡੋਗੇ ਪਰੇਸ਼ਾਨ ਹੋਵੋਗੇ, ਦੁਖੀ ਹੋਵੋਗੇ, ਠੀਕ ਹੈ ਨਾ, ਬਲੇਮ ਗੇਮ ਦੇ ਵਿੱਚ ਪਵੋਗੇ। ਪਰ ਜੇ ਤੁਸੀਂ ਫੈਸਲੇ ਆਪ ਲਏ ਹੋਣਗੇ, ਜੇ ਤੁਹਾਡਾ ਲਿਆ ਫੈਸਲਾ ਵਧੀਆ ਹੋਏਗਾ, ਚੰਗਾ ਹੋਏਗਾ, ਤਾਂ ਤੁਹਾਨੂੰ ਖੁਸ਼ੀ ਹੋਵੇਗੀ। ਜੇ ਤੁਹਾਡਾ ਲਿਆ ਫੈਸਲਾ ਉਹਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਵੀ ਆ ਜਾਂਦੀ, ਕੋਈ ਦਿੱਕਤ ਵੀ ਆ ਜਾਂਦੀ ਹੈ, ਤਾਂ ਤੁਸੀਂ ਫਿਰ ਬਲੇਮ ਗੇਮ ਵਾਲੇ ਪਾਸੇ ਨਹੀਂ ਜਾਓਗੇ। ਤੁਸੀਂ ਕੀ ਕਰੋਗੇ, ਉਹਦੇ ਵਿੱਚੋਂ ਪਾਸੇ ਹੋ ਕੇ, ਬਲੇਮ ਗੇਮ ਦੇ ਵਿੱਚੋਂ ਪਾਸੇ ਹੋ ਕੇ ਸੋਚੋਗੇ ਵੀ ਜੇ ਇਹ ਕੰਮ ਪੁੱਠਾ ਪੈ ਗਿਆ ਤਾਂ ਇਹਨੂੰ ਸਿੱਧਾ ਕਿਵੇਂ ਕੀਤਾ ਜਾਵੇ।